ਦੋਸਤੋ ਅੱਜ ਮੈਂ ਤੁਹਾਡੇ ਨਾਲ ਆਪਣੇ ਕੁਝ ਵਧੀਆ ਜਿਹੜੇ ਤਜਰਬੇ ਹਨ ਉਹ ਸਾਂਝੇ ਕਰਨ ਜਾ ਰਿਹਾ। ਮੈਂ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਸਕੂਲ ਵਿਖੇ ਪੜ੍ਹਾ ਰਿਹਾ ਹਾਂ। ਮੈਂ ਤੁਹਾਡੇ ਨਾਲ ਕੁਝ ਗੱਲਾਂ ਅੱਜ ਸਾਂਝੀਆਂ ਕਰਨੀਆਂ, ਜਿਹਦੇ ਵਿੱਚ ਸਭ ਤੋਂ ਵਧੀ ਗੱਲ ਮੈਂ ਇਹ ਸਾਂਝੀ ਕਰਨੀ ਚਾਹੁੰਦਾ ਕਿ ਤੁਸੀਂ ਕਿਸੇ ਵੀ ਮੁਕਾਮ ਨੂੰ ਹਾਸਲ ਕਰਨਾ ਹੈ ਅਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਮੋਟੀਵੇਸ਼ਨ, ਪ੍ਰੇਰਨਾ, ਅਤੇ ਦੂਸਰਾ ਹੈ ਦ੍ਰਿੜਤਾ, ਡੈਡੀਕੇਸ਼ਨ, ਕਿ ਤੁਸੀਂ ਆਪਣੇ ਕਿਸੇ ਵੀ ਕੰਮ ਨੂੰ ਹਾਸਲ ਕਰਨ ਦੇ ਲਈ ਪ੍ਰੇਰਿਤ ਹੋਵੋ ਅਤੇ ਪ੍ਰੇਰਿਤ ਹੋਣ ਤੋਂ ਬਾਅਦ ਤੁਸੀਂ ਉਸ ਕੰਮ ਲਈ ਦ੍ਰਿੜ ਹੋਵੋ। ਇਹ ਜ਼ਿੰਦਗੀ ਦਾ ਇੱਕ ਸਰਮਾਇਆ ਹੈ। ਮੈਂ ਜੋ ਕੁਝ ਵੀ ਅੱਜ ਹਾਸਲ ਕੀਤਾ ਹੈ ਉਹ ਇੱਥੇ ਮੋਟੀਵੇਸ਼ਨ ਦਾ ਹੀ ਕਾਰਨ ਜਿਹੜਾ ਸੰਭਵ ਹੋ ਸਕਿਆ। ਜਦੋਂ ਮੈਂ ਪੜ੍ਹ ਰਿਹਾ ਸੀ ਤਾਂ ਇੱਕ ਸਰਕਾਰੀ ਸੰਗੀਤ ਕਲਾਂ ਤੋਂ ਜਿਹੜਾ ਦਸਵੀਂ ਪਾਸ ਕੀਤੀ, ਵਧੀਆ ਨੰਬਰਾਂ ਵਿੱਚ ਪਾਸ ਕੀਤੀ, ਕਾਲਜ ਦਾ ਕਦੇ ਸੁਪਨਾ ਨਹੀਂ ਸੀ ਗਿਆ ਕਿ ਵਧੀਆ ਕਾਲਜ ਵਿੱਚ ਪੜ੍ਹਾਂਗੇ। ਅਤੇ ਮੈਂ ਫਿਰ ਇੰਜੀਨੀਅਰਿੰਗ ਕ੍ਰਿਸ਼ਨ ਕਾਲਜ ਵਿੱਚ ਪਲੱਸ ਵਨ ਅਤੇ ਪਲੱਸ ਟੂ ਜਿਹੜੀ ਕਲਾਸ ਵੀ ਕੀਤੀ, ਉੱਥੇ ਮੈਂ ਗ੍ਰੈਜੂਏਸ਼ਨ ਕੀਤੀ। ਅਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕਿਸੀ ਵਿਭਾਗ ਤੋਂ ਜਿਹੜਾ ਹੈ ਇਤਿਹਾਸ ਵੀ ਮੈਂ ਅਤੇ ਬੀ ਐਡ ਖਾਲਸਾ ਕਾਲਜ ਅੰਮ੍ਰਿਤਸਰ। ਅਤੇ ਮੈਂ ਅੱਜ ਤੁਹਾਨੂੰ ਆਪਣੇ ਕੁਝ ਜੀਵਨ ਦੀਆਂ ਜਿਹੜੀਆਂ ਤਜਰਬੇ ਆ ਉਹ ਤੁਹਾਡੇ ਨਾਲ ਸਾਂਝੇ ਕਰਨ ਵਿੱਚ ਸਭ ਤੋਂ ਪਹਿਲਾਂ ਤਜਰਬਾ ਇਹ ਸਾਂਝਾ ਕਰਨਾ ਕਿ ਕਿਸੇ ਵੀ ਵਿਅਕਤੀ ਦਾ ਨਾਂ ਜਿਹੜਾ ਹੈ ਜਿਸਨੂੰ ਅਸੀਂ ਇਤਿਹਾਸ ਦੇ ਪੰਨਿਆਂ 'ਚ ਪੜ੍ਹਦੇ ਹਾਂ ਉਹਦਾ ਕੋਈ ਨਾ ਕੋਈ ਪ੍ਰੇਰਨਾ ਸਰੋਤ ਜ਼ਰੂਰ ਹੈ। ਭਾਵੇਂ ਉਹਦੀ ਮਾਂ ਹੋਵੇ, ਭਾਵੇਂ ਉਹਦੀ ਭੈਣ ਹੋਵੇ, ਭਾਵੇਂ ਉਹਦਾ ਭਰਾ ਹੋਵੇ, ਭਾਵੇਂ ਉਹਦਾ ਕੋਈ ਅਧਿਆਪਕ ਹੋਵੇ, ਅਤੇ ਚਾਹੇ ਭਾਵੇਂ ਉਹਦੀ ਕੋਈ ਪ੍ਰੇਮਿਕਾ ਹੀ ਕਿਉਂ ਨਾ ਹੋਵੇ। ਜਿੰਨੇ ਵੀ ਲੋਕ ਅੱਜ ਤੁਹਾਨੂੰ ਇਤਿਹਾਸ ਦੇ ਪੰਨਿਆਂ ਵਿੱਚ ਮਹਾਨਤਾ ਵਾਲੇ ਕੰਮਾਂ ਕਰਕੇ ਨਜ਼ਰ ਆਉਂਦੇ ਨੇ ਉਹਨਾਂ ਦੀ ਮਹਾਨਤਾ ਦੇ ਪਿੱਛੇ ਕਿਸੇ ਦੀ ਪ੍ਰੇਰਣਾ ਦਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਮੈਂ ਵੀ ਇਸ ਪ੍ਰੇਰਣਾ ਦਾ ਸਰੋਤ ਜਿਹੜਾ ਹੈ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਮੰਨਦਾ, ਆਪਣੇ ਭੈਣ ਭਰਾ ਨੂੰ ਮੰਨਦਾ, ਜਿਨ੍ਹਾਂ ਨੇ ਹਮੇਸ਼ਾ ਹੀ ਮੇਰੀ ਪ੍ਰੇਰਣਾ ਦਿੱਤੀ ਕਿ ਚੰਗੇ ਕੰਮ ਕਰਨ ਦੇ ਲਈ ਜਾਂ ਚੰਗਾ ਕੁਛ ਪਾਉਣ ਦੇ ਲਈ ਮਿਹਨਤ ਕਰਨ ਦੇ ਲਈ ਉਹ ਬਹੁਤ ਜ਼ਰੂਰੀ। ਔਰ ਮੋਟੀਵੇਸ਼ਨ ਜਿਹੜਾ ਸੱਚਮੁੱਚ ਵੀ ਕਿਸੇ ਵੀ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਹੀ ਜ਼ਰੂਰੀ ਹੈ। ਪ੍ਰੇਰਣਾ ਦੇ ਨਾਲ ਹੀ ਮੈਂ ਬਹੁਤ ਸਾਰੇ ਮੁਕਾਮ ਜਿਹੜੇ ਆ ਉਹ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਹਾਸਲ ਕੀਤੇ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਸੀ ਪੜ੍ਹਾਈ ਦਾ ਮੁਕਾਮ। ਗ੍ਰੈਜੂਏਸ਼ਨ ਜਿਹੜੀ ਸੀ ਉਹ ਕਾਲਜ ਤੋਂ ਕਰਨੀ ਅਤੇ ਫਿਰ ਯੂਨੀਵਰਸਿਟੀ ਵਿੱਚ ਜਿਸਨੂੰ ਕਿ ਸਮੁੰਦਰ ਕਿਹਾ ਜਾਂਦਾ ਉੱਥੇ ਜਾ ਕੇ ਪੜ੍ਹਨਾ ਅਤੇ ਉੱਥੋਂ ਪੜ੍ਹ ਕੇ ਚੰਗੇ ਨੰਬਰ ਲੈ ਕੇ ਜਿਹੜਾ ਹੈ ਪ੍ਰੇਰਣਾ ਲੈ ਕੇ ਚੰਗੇ ਨੰਬਰਾਂ ਦੇ ਨਾਲ ਜਿਹੜਾ ਪਾਸ ਹੋਣਾ ਅਤੇ ਫਿਰ ਕਿਤੇ ਚੰਗੀ ਜੋਬ 'ਤੇ ਲੈ। ਬਤੌਰ ਅਧਿਆਪਕ ਅੱਜ ਮੈਨੂੰ ਮਾਣ ਹੈ ਕਿ ਇਹ ਸਾਰਾ ਤਾਂ ਹੀ ਸੰਭਵ ਹੋ ਸਕਿਆ ਜੇ ਕਿਸੇ ਦੀ ਪ੍ਰੇਰਣਾ, ਤਾਂ ਇਹ ਪ੍ਰੇਰਣਾ ਦੇ ਲਈ ਮੈਂ ਜਿਹੜਾ ਜਿਹੜਾ ਹੈ ਉਹ ਆਪਣੀ ਭੈਣ ਭਰਾਵਾਂ ਨੂੰ ਮਦਦ ਕਰ ਦੇਣਾ। ਉਸ ਤੋਂ ਬਾਅਦ ਜੇ ਮੈਂ ਬਤੌਰ ਅਧਿਆਪਕ ਆਪਣੇ ਆਪ ਨੂੰ ਇੱਕ ਚੰਗੇ ਅਧਿਆਪਕ ਵਜੋਂ ਕੋਸ਼ਿਸ਼ ਕੀਤੀ ਹੈ ਸਫਲ ਕਰਨ ਦੀ, ਤਾਂ ਉਹਦੇ ਵਿੱਚ ਮੇਰਾ ਜਿਹੜਾ ਹੈ ਉਹ ਮੇਰੇ ਲਈ ਹਮ ਸਫ਼ਰ ਨਿਖਿਲ ਸੁਰਿੰਦਰਜੀਤ ਕੌਰ ਜਿਹੜੀ ਹੈ ਉਹਦਾ ਹੱਥ। ਅਸੀਂ ਇਕੱਠੇ ਹੀ ਦੋਵੇਂ ਸਕੂਲ ਵਿੱਚ ਪੜ੍ਹਾ ਰਹੇ ਹਾਂ। ਅਸੀਂ ਜੋ ਕੁਝ ਆਪਣੀ ਜ਼ਿੰਦਗੀ ਦੇ ਤਜਰਬਿਆਂ ਵਿੱਚ ਸਿੱਖਿਆ ਹੈ, ਜਿੰਨਾ ਕੁਝ ਸਾਨੂੰ ਮਹਿਸੂਸ ਹੋਇਆ, ਜਿੰਨਾ ਕੁਝ ਅਸੀਂ ਤਜਰਬਿਆਂ ਵਿੱਚ ਹਾਸਿਲ ਕੀਤਾ ਹੈ, ਉਹ ਤਜਰਬੇ ਅਸੀਂ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹਾਂ ਅਤੇ ਉਹਨੂੰ ਸਾਂਝੇ ਕਰਨ ਦੇ ਨਾਲ ਨਾਲ ਹੀ ਉਹਨਾਂ ਵਿਦਿਆਰਥੀਆਂ ਨੂੰ ਇੱਕ ਚੰਗੇ ਨਾਗਰਿਕ ਬਣਨ ਦੀ ਸਿੱਖਿਆ ਦੇਣੀ। ਆਪਣੇ ਸਕੂਲ ਦੇ ਵਿੱਚ 2004 ਦੇ ਵਿੱਚ ਮੈਂ NCC ਦਾ ਸੀਨੀਅਰ ਡਿਵੀਜ਼ਨ ਦਾ ਰੇਂਜ ਜਿਹੜਾ ਸੀ ਉਹ ਸ਼ੁਰੂ ਕੀਤਾ। ਉਹਦੇ ਜਦੋਂ ਮੈਂ ਐਪਲੀਕੇਸ਼ਨ ਦਿੱਤੀ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਸੀ ਪਤਨੀ ਦਾ ਸੀ, ਕਿ ਉਸਨੇ ਹਮੇਸ਼ਾ ਮੈਨੂੰ ਪ੍ਰੇਰਿਤ ਕੀਤਾ ਕਿ ਚੰਗੇ ਕੰਮ ਦੇ ਲਈ ਜਿਹੜਾ ਵਾ ਜੇ ਤੁਹਾਡੇ ਮਨ ਵਿੱਚ ਕੋਈ ਚੰਗਾ ਕੰਮ ਕਰਨ ਦੀ ਇੱਛਾ ਹੈ ਤਾਂ ਉਹਨੂੰ ਪੂਰਾ ਕਰਨ ਦੇ ਲਈ ਮੈਂ ਤੁਹਾਡਾ ਸਾਥ ਦਿੱਤਾ। ਮੇਰਾ ਕੈਂਪਾਂ ਦੇ ਵਿੱਚ ਜਾਣਾ, ਟ੍ਰੇਨਿੰਗ ਦੇ ਉੱਤੇ ਜਾਣਾ, ਉਹਦੇ ਲਈ ਇੱਕ ਬੜੀ ਵੱਡੀ ਪ੍ਰੇਰਣਾ ਉਹਨਾਂ ਦੀ ਸੀ ਕਿ ਮੈਂ ਘਰ ਦਾ ਪਿੱਛੇ ਜਿਹੜਾ ਸਾਰਾ ਕੰਮ ਆ ਉਹ ਸੰਭਾਲ ਲਵਾਂਗੀ, ਤੁਸੀਂ ਫਿਕਰ ਨਾ ਕਰਨਾ, ਤੁਸੀਂ ਆਪਣੀ ਟ੍ਰੇਨਿੰਗ ਵੱਲ ਧਿਆਨ। ਅਤੇ ਇਹ ਪ੍ਰੇਰਣਾ ਦਾ ਹੀ ਸਿੱਟਾ ਸੀ ਕਿ ਮੈਂ ਆਪਣੀ ਟ੍ਰੇਨਿੰਗ ਦੌਰਾਨ ਬਹੁਤ ਵਧੀਆ ਜਿਹੜਾ ਵਾ ਟ੍ਰੇਨਿੰਗ ਕਰ ਸਕਿਆ ਅਤੇ ਪੂਰੇ ਆਪਣੀ ਟ੍ਰੇਨਿੰਗ ਦੌਰਾਨ ਪਹਿਲਾ ਦਰਜਾ ਹਾਸਿਲ ਕੀਤਾ। ਇੱਕ ਵਾਰ ਨਹੀਂ, ਦੋ ਵਾਰੀ ਟ੍ਰੇਨਿੰਗ ਦੇ ਵਿੱਚੋਂ ਜਿਹੜਾ ਸੀ ਉਹ ਆਪਣੇ ਟ੍ਰੇਨਿੰਗ ਸੈਂਟਰ ਤੋਂ ਵਰਤਿਆ ਹੈ। ਇਹਨਾਂ ਹੀ ਜਦੋਂ ਵੀ ਮੈਂ ਸਕੂਲ ਦੇ ਵਿੱਚ ਕਿਸੇ ਕੰਪੀਟੀਸ਼ਨ ਦੇ ਸੈਮੀਨਾਰ ਵਿੱਚ ਵੀ ਜਾਣਾ ਹੁੰਦਾ ਹੈ ਤਾਂ ਉਹ ਮੇਰੀ ਪ੍ਰੇਰਣਾ ਦਾ ਸਰੋਤ ਰਿਹਾ, ਕਿਉਂਕਿ ਹਮੇਸ਼ਾ ਉਹਨਾਂ ਨੇ ਚੰਗੇ ਕੰਮ ਨੂੰ ਕਰਨ ਦੇ ਲਈ ਮਨ ਜਿਹੜਾ ਹੈ ਉਹਨੂੰ ਹੋਰ ਦ੍ਰਿੜ ਬਣਾਉਣ ਦੀ ਗੱਲ ਕਹੀ ਕਿ ਤੁਸੀਂ ਦ੍ਰਿੜਤਾ ਨਾਲ ਕੰਮ ਕਰੋ ਤਾਂ ਕੋਈ ਮੁਕਾਮ ਜਿਹੜਾ ਵਾ ਉਹ ਤੁਸੀਂ ਨਹੀਂ ਲੈ ਸਕਦਾ। ਇਸੇ ਦੇਸ਼ ਦੀ ਸਫਲਤਾ ਦੇ ਲਈ ਬੜੀ ਪ੍ਰੋਗਰਾਮ ਜਿਹੜਾ ਸੀ ਉਸ ਸਕੂਲਾਂ ਦੇ ਵਿੱਚ ਜਿਹੜਾ ਚਲਾਇਆ ਜਾ ਰਿਹਾ, ਤਾਂ ਉਹਦੇ ਵਿੱਚ ਵੀ ਜਿਹੜਾ ਵਾ ਮੇਰੀ ਪਤਨੀ ਦਾ ਬਹੁਤ ਵੱਡਾ ਹੱਥ ਸੀ ਕਿ ਤੁਸੀਂ ਪ੍ਰੇਰਣਾ ਤੋਂ ਖੁਦ ਬਣੋ
ਮੈਂ ਖੁਦ ਨਸ਼ਾ ਨਹੀਂ ਕਰਦਾ ਅਤੇ ਦੂਜਿਆਂ ਨੂੰ ਜਿਹੜਾ ਵਾ ਉਹ ਪ੍ਰੇਰਨਾ ਦੇ ਸਕਦਾ ਕਿ ਨਸ਼ਿਆਂ ਤੋਂ ਦੂਰ ਰਹੋ। ਅਸੀਂ ਇਹਦੇ ਵਿੱਚ ਵੀ ਜਿਹੜਾ ਵਾ ਉਹ ਬੱਚਿਆਂ ਨੂੰ ਪ੍ਰੇਰਨਾ ਦਿੱਤੀ, ਅਧਿਆਪਕਾਂ ਦੇ ਬਹੁਤ ਸਾਰੇ ਸੈਮੀਨਾਰ ਲਗਾਏ ਜਿਨ੍ਹਾਂ ਦੇ ਵਿੱਚ ਬਤੌਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਉਹ ਮਾਸਟਰ ਟ੍ਰੇਨਰ ਦੇ ਤੌਰ 'ਤੇ ਉਹਨਾਂ ਨੂੰ ਜਿਹੜਾ ਹੈ ਬਹੁਤ ਸਾਰੀ ਸਿੱਖਿਆ ਦੇ ਨਾਲ ਨਾਲ ਆਪਣੇ ਤਜਰਬਿਆਂ ਨਾਲ ਉਹਨਾਂ ਨੂੰ ਸਿੱਖਿਆ ਦੇ ਕੇ ਸਾਂਝਾ ਕੀਤਾ। ਇਸੇ ਦੇ ਲਈ ਹੀ ਮੈਨੂੰ ਉਸ ਵੇਲੇ ਵੱਖ ਵੱਖ ਥਾਵਾਂ 'ਤੇ ਜਿਹੜਾ ਹੈ ਜਿੰਨਾ ਮਾਣ ਸਨਮਾਨ ਮਿਲਿਆ ਉਹ ਸਾਰਾ ਇਸੇ 'ਤੇ ਹੀ ਆਧਾਰਿਤ ਹੈ ਕਿ ਕੋਈ ਵੀ ਕੰਮ ਜਿਹੜਾ ਵਾ ਉਹਨੂੰ ਪ੍ਰੇਰਨਾ ਦੇ ਨਾਲ ਕੀਤਾ ਜਾਵੇ ਅਤੇ ਦ੍ਰਿੜਤਾ ਨਾਲ ਨਿਭਾਇਆ ਜਾਵੇ ਤਾਂ ਕੋਈ ਵੀ ਜਿਹੜਾ ਮੁਕਾਮ ਆ ਉਹ ਹਾਸਿਲ ਕੀਤਾ ਜਾ ਸਕਦਾ। ਸੋ ਮੈਂ ਨਹੀਂ ਹੋਵਾਂਗਾ ਕਿ ਐਨ ਸੀ ਸੀ ਵਿੱਚ ਵੀ ਜਿੰਨੀਆਂ ਗੱਲਾਂ ਮਾਰੀਆਂ, ਸਕੂਲ ਵਿੱਚ ਵੀ ਜਿੰਨੀਆਂ ਗੱਲਾਂ ਮਾਰੀਆਂ, ਉਹਦੇ ਲਈ ਮੇਰੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਦਾ ਅਤੇ ਆਪਣੀ ਬਟਾਲੀਅਨ ਦੇ ਸਮਾਜਿਕ ਅਫਸਰਾਂ ਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਗਾਈਡੈਂਸ ਦਿੱਤੀ ਅਤੇ ਜਿਨ੍ਹਾਂ ਨੇ ਹਮੇਸ਼ਾ ਹੀ ਉਸ ਚੀਜ਼ ਦੇ ਉੱਤੇ ਜਿਹੜਾ ਵਾ ਉਹ ਪਹਿਲ ਦੇ ਆਧਾਰ 'ਤੇ ਜਿਹੜਾ ਅੱਗੇ ਵਧਣ ਲਈ ਉਤਸ਼ਾਹ ਦਿੱਤਾ। ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਦਿੰਦੀ ਹਾਂ। ਅੱਜ ਜੋ ਵੀ ਮੈਂ ਹਾਂ ਉਹ ਸਾਰਿਆਂ ਦੀ ਪ੍ਰੇਰਨਾ ਕਰਦਾ ਹੀ ਹਾਂ। ਧੰਨਵਾਦ। Please subscribe to our YouTube channel and press the bell icon for the latest updates.